ਬੜੇ ਖਿਲਾੜੀ ਜਿਨ੍ਹਾਂ ਦਾ ਬੜਾ ਨਾਂ ਹੈ, ਦੋ ਉਸਤਾਦ ਜਿੱਤੇ ਨੇ, ਦੋਵਾਂ ਦੇ ਇੱਕ ਇੱਕ ਹੱਥ ਦੇ ਦੋਵੇਂ ਉੱਡੇ ਹੋਏ ਸੀ, ਇੱਕ ਉਸਤਾਦ ਦਿਲਬਰ ਡੋਗਰ, ਇੱਕ ਉਸਤਾਦ ਬੂਟਾ ਡੋਗਰ, ਅੱਜ 650 ਦੇ ਵਿੱਚ ਵਿਨ ਹੋਏ ਨੇ, ਔਰ ਚਾਚਾ ਮੁਨਸ਼ੀ, ਇਹਨਾਂ ਦੀਆਂ ਸਾਡੀਆਂ ਨਾਲ ਬਹੁਤ ਦੁਆਵਾਂ ਨੇ। ਮੇਰੇ ਅੱਬੂ ਦੇ ਵਕਤ ਦੇ ਸ਼ੋਅ ਕਰਨ ਵਾਲੇ ਮਾਸ਼ਾਅੱਲਾ, ਅਤੇ ਇਹਨਾਂ ਹਮੇਸ਼ਾ ਸਾਡਾ ਸਾਥ ਦਿੱਤਾ, ਅਤੇ ਜਿੰਨੇ ਵੀ ਸਾਡੇ ਸਾਰੇ ਭਰਾ ਨੇ ਸਭ ਨੂੰ ਬਹੁਤ ਬਹੁਤ ਮੁਬਾਰਕ। ਦੂਸਰ ਦਿਵੇ 10ਵੇਂ ਵਿਨ ਹੋ ਗਿਆ ਸੀ, ਅਤੇ ਬੱਚੇ ਮਾਸ਼ਾਅੱਲਾ ਦੋਵੇਂ ਹੀ ਬਹੁਤ ਚੰਗੇ ਹੋ ਚੁੱਕੇ ਨੇ, ਅਤੇ ਮਠਿਆਈ ਚੱਲ ਰਹੀ ਹੈ ਬਾਬਾ ਜੀ। ਪੂਰੀ ਚੇਂਜ ਹੋ ਗਈ। ਅਸਲਾਮ ਅਲੈਕਮ ਗਰੁੱਪ ਵਾਲੇ ਭਰਾਓ, ਕੀ ਹਾਲ ਚਾਲ ਨੇ ਜੀ? ਸਾਰੇ ਠੀਕ ਠਾਕ ਹੋਣਗੇ। ਅਤੇ 165 ਮਰਾਜ 'ਚ ਗੜਾ ਉੱਡਿਆ ਸੀ, 3000 ਰੁਪਇਆ ਮੁੱਢ ਸੀ, 36 ਕਬੂਤਰ ਉੱਡੇ ਸੀ, ਜਿਹਦੇ ਵਿੱਚ ਇਕੱਲਾ ਕਬੂਤਰ ਪੀਰ ਅਬਦੁਲ ਖਾਦਕਾ ਜਿੱਤ ਗਿਆ, ਜਿਹੜਾ ਛੰਮੇ ਨੇ ਮੋੜਿਆ ਸੀ, ਸੁਬਹ ਆਇਆ ਇਹ ਕਬੂਤਰ, ਅਤੇ ਮਾਸ਼ਾਅੱਲਾ ਬਹੁਤ ਚੰਗਾ ਹੋ ਕੇ ਜਿੱਤਿਆ ਵਾ। ਅਤੇ ਤਈਬ ਅਸਰਾਹ ਦੇ ਨਾਂ 'ਤੇ ਇਹ ਉੱਡਿਆ ਸੀ, ਅਤੇ ਤਈਬ ਅਸਰਾਹ ਨੂੰ ਵੀ ਬਹੁਤੀ ਮੁਬਾਰਕ ਹੋਵੇ, ਜਿੰਨੇ ਉਹਦੇ ਗਰੁੱਪ ਦੇ ਮੈਂਬਰ ਨੇ ਸਾਰਿਆਂ ਨੂੰ ਮੁਬਾਰਕ ਹੋਵੇ। ਉਸ ਤੋਂ ਬਾਅਦ ਛੰਮੇ ਨੂੰ ਬਹੁਤੀ ਮੁਬਾਰਕ ਹੋਵੇ, ਇਹਨੇ ਮੁੜ ਕੇ ਛੱਡਿਆ ਲਾਲ ਹਵੇਲੀ, ਜ਼ਿੰਦਾਬਾਦ। ਅਤੇ ਇਹ ਜਿਹੜਾ ਪੀਰ ਉਹਨਾਂ ਦਾ ਨਾਮ ਆ, ਅਤੇ ਪੈਸੇ ਵੀ, ਇਹ ਵੀ ਇਹ ਲਾਲੇ ਰਈਸ ਦੀ ਤਰਫੋਂ ਇਹ ਕੱਪ ਦਿੱਤਾ ਗਿਆ ਵਾ, ਇਹ 1,00,000 ਰੁਪਏ ਇਹਨਾਂ ਦਾ ਬਾਜ਼ੀ ਦਾ ਜਿਹੜਾ ਜੀ। ਮੁਬਾਰਕ ਆਵੇ ਜੀ। ਚੈੱਕ ਕਰ ਹਾਂ, ਕਬੂਤਰ ਯਾਰ ਚੰਗੇ ਆ, ਫੈਸਲਾਬਾਦ ਗਿਆ ਮਸੇਰ ਨੇ ਰੱਖੇ।